सर आपका नाम? मुआवली। अच्छा, तो आप कौन से पार्टी से लड़ रहे हैं? मैं राष्ट्रीय लोक सभा पार्टी से। आप पहले भी लड़ चुके हैं? पहले मैं 2017 च MLA हल्का वोट आजाद उम्मीदवार वालों लड़िया। तो पंजाब में ये पंजाब तो अब आप चंडीगढ़ में क्या देख सकते हैं? चंडीगढ़ तो मेरी चाहना सी मंदी ਤੇ ਕੁਛ ਪਾਰਟੀ ਨੇ ਕਿਹਾ ਵੀ ਚੰਡੀਗੜ੍ਹ ਤੋਂ ਸਾਨੂੰ ਕੈਂਡੀਡੇਟ ਮੁਸਲਮਾਨ ਦੀ ਲੋੜ ਹੈ ਵੀ ਸਾਨੂੰ ਉਦੋਂ ਵੀ ਸਾਡੇ ਜੋ ਭਾਈ ਕੁਮਾਰ ਸਿੰਘ ਉਹਨਾਂ ਨੇ ਦੱਸਿਆ। ਪਾਰਟੀ ਹੋ ਗਈ 1.5 ਸਾਲ ਹੋ ਗਿਆ ਜੀ। ਇਹ ਪਾਰਟੀ ਦੇ ਜੋ ਮੁੱਦੇ ਜੋ ਉਹਨਾਂ ਦੀ ਸੋਚ ਜਾਂ ਮੁੱਦੇ ਦੇ ਮੁਕਾਬਲ ਜਾਂ ਵਧੀਆ ਸੋਚ ਰੱਖਣ ਵਾਲੇ ਲੀਡਰ ਉਹਨਾਂ ਦੀ ਸਾਨੂੰ ਚਾਹਨਾ ਸੀ ਇੱਕ ਸੱਚੇ ਦੁੱਖੇ ਲੀਡਰ ਦੀ। ਉਸ ਕਰਕੇ ਅਸੀਂ ਰਣਵੀਰ ਸ਼ਰਮਾ ਜੀ ਨਾਲ ਜੁੜੇ ਹਾਂ। ਰਣਵੀਰ ਸ਼ਰਮਾ ਜੀ ਬਹੁਤ ਇੱਕ ਅਨੇਕ ਜਿਹੜੇ ਸਾਡੇ ਸਰਪ੍ਰਸਤ ਨੇ ਬਹੁਤ ਵਧੀਆ ਉਹਨਾਂ ਦੀ ਸੋਚ ਹੈ। ਉਹ ਸਵਰਾਜ ਲਿਆਉਣਾ ਚਾਹੁੰਦੇ ਨੇ, ਮਿਹਨਤੀ ਇਨਸਾਨ ਨੇ। ਅਸੀਂ ਵੀ ਉਹਨਾਂ ਨੂੰ ਐਸੀ ਮਿਹਨਤ ਵਾਲੇ ਬੰਦੇ ਦੀ ਜਿਹੜਾ ਚੰਗਾ ਕੰਮ ਕਰਦਾ ਉਹਦਾ ਸਾਥ ਦੇਣਾ ਚਾਹੀਦਾ। ਤੋ ਆਪ ਚੰਡੀਗੜ੍ਹ ਵਿੱਚ ਕਿਨ ਮੁੱਦੋਂ ਲੈ ਕੇ ਚੁਣਾਵ ਲੜ ਰਹੇ? ਸਾਡੇ ਚੰਡੀਗੜ੍ਹ ਦੇ ਬਹੁਤ ਮੁੱਦੇ ਨੇ ਜੀ। ਇੱਕ ਤਾਂ ਜਿਵੇਂ ਸੀਵਰੇਜ ਬੜੇ ਲੋਕਾਂ ਦਾ ਜਿਹੜਾ ਬੁਰਾ ਹਾਲ ਹੈ। ਇੱਕ ਜਿਹੜੇ ਕੋਈ ਵੀ ਕੈਂਡੀਡੇਟ ਇੱਥੋਂ ਜਿੱਤ ਕੇ ਗਏ ਨੇ ਉਹਨਾਂ ਨੇ ਕਿਸੇ ਦੀ ਸਾਰ ਨਹੀਂ ਲਈ। ਕਈ ਪਿੰਡਾਂ ਦੀਆਂ ਬੜੀਆਂ ਮੁਸ਼ਕਲਾਂ ਨੇ, ਕਈ ਇਲਾਕੇ ਦੀਆਂ, ਕਈ ਕਲੋਨੀਆਂ ਦੀਆਂ। ਜਿੱਤਣ ਤੋਂ ਬਾਅਦ ਸਾਡਾ ਮੁੱਦਾ ਜੀ ਵੀ ਜੋ ਐਜੂਕੇਸ਼ਨ ਬੱਚੇ ਨੇ ਪੜ੍ਹਾਈ ਲਿਖਾਈ ਵਾਲੇ ਉਹਨਾਂ ਦੇ ਉਪਰਾਲੇ ਕੀਤੇ ਜਾਣਗੇ, ਉਹਨਾਂ ਵਾਸਤੇ ਨੌਕਰੀਆਂ ਵਾਸਤੇ ਉਹਨਾਂ ਦੇ ਉਪਰਾਲੇ ਕੀਤੇ ਜਾਣਗੇ। ਇੱਕ ਸਾਡਾ ਮੁੱਦਾ ਹੈ ਵੀ ਜੋ ਵਿਡੋ ਔਰਤਾਂ ਨੇ ਜਾਂ ਵਿਧਵਾ ਔਰਤਾਂ ਨੇ ਉਹਨਾਂ ਨੂੰ ਸਮੇਂ ਸਿਰ ਪੈਨਸ਼ਨ ਨਹੀਂ ਮਿਲਦੀ। ਜਿਵੇਂ ਅੰਗਹੀਣੇ ਲੋਕ ਭਰਾ ਨੇ ਸਾਡੇ ਜਾਂ ਭੈਣਾਂ ਨੇ ਉਹਨਾਂ ਨੂੰ ਰੇਹੜੀਆਂ ਨਹੀਂ ਰੱਖ ਸਕਦੇ, ਉਹਨਾਂ ਨੂੰ ਕੋਲ ਹੈ ਨਹੀਂ ਰੇਹੜੀ, ਜਾਂ ਉਹਨਾਂ ਨੂੰ ਬੜੀ ਪਰੇਸ਼ਾਨੀ ਆਉਂਦੀ ਹੈ ਜਾਣ ਆਉਣ ਦੇ ਮੁੱਦੇ ਨਾਲ ਸਾਡੇ ਜੀ, ਅਸੀਂ ਇਹਦਾ ਵੀ ਉਪਰਾਲਾ ਕਰਾਂਗੇ। ਇੱਕ ਜੋ ਵੀ ਗਰੀਬ ਤਬਕਾ ਬੈਠਾ ਉਹਨਾਂ ਨੂੰ ਕੋਈ ਚਾਹੇ ਕਿਸਾਨ ਹੈ ਚਾਹੇ ਮਜ਼ਦੂਰ ਹੈ, ਤਾਂ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਉਹਨਾਂ ਦੀ ਜੋ ਵੀ ਮੰਗਾਂ ਹੋਣਗੀਆਂ ਉਹਨੂੰ ਪਹਿਲੇ ਆਧਾਰ 'ਤੇ ਕਰਾਂਗੇ। ਔਰਤੋਂ ਕੇ ਲਈ ਇਹ ਹੈ ਵੀ ਜਿਹੜਾ ਜਿਵੇਂ ਗਰੀਬ ਬੰਦਾ ਹੈ ਉਹਨੂੰ ਪ੍ਰਾਈਵੇਟ ਹਸਪਤਾਲਾਂ 'ਚ ਬੜੇ ਬੜੇ ਉੱਥੇ ਡਾਕਟਰ ਬੜੇ ਬੜੇ ਉਹਨਾਂ ਦੇ ਸੈਲਰੀ ਬਣਾ ਕੇ, ਜਿਹੜਾ ਬੰਦਾ ਮਜ਼ਦੂਰ ਹੈ 400 ਰੁਪਈਆ ਬਣਾਉਂਦਾ ਹੈ ਉੱਥੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਉਹਨੂੰ ਕਦੇ 20-30 ਹਜ਼ਾਰ ਰੁਪਈਏ ਤੋਂ ਘੱਟ ਉਹਦਾ ਇਲਾਜ ਨਹੀਂ ਹੁੰਦਾ। ਗਰੀਬ ਬੰਦਾ ਪਹਿਲਾਂ ਗਰੀਬ ਕਰਾ ਹੀ ਨਹੀਂ ਸਕਦਾ, ਜੇ ਗਰੀਬ ਇਲਾਜ ਵੀ ਕਰਾਉਣਾ ਚਾਹੁੰਦਾ ਉੱਥੇ ਜਾਊਗਾ ਤਾਂ ਉਹਦੇ ਕੋਲ ਪੈਸੇ ਨਹੀਂ ਹੁੰਦੇ, ਜੇ ਪੈਸੇ ਨਹੀਂ ਹੁੰਦੇ ਉਹਨੂੰ ਹਸਪਤਾਲ ਸਾਂਭਦੇ ਨਹੀਂ। ਪ੍ਰਾਈਵੇਟ ਜਿਹੜੇ ਸਰਕਾਰੀ ਹਸਪਤਾਲ 'ਚ ਹੈ ਉਹਨਾਂ ਨੂੰ ਪੁੱਛਿਆ ਨਹੀਂ ਜਾਂਦਾ। ਉਹੀ ਅਸੀਂ ਉਹਦੇ ਬਾਰੇ ਵੀ ਬੜਾ ਵਧੀਆ ਸਾਡੀ ਪਾਰਟੀ ਦਾ ਜਿਹੜਾ ਵਿਚਾਰ ਆ ਹਸਪਤਾਲਾਂ ਬਾਰੇ ਵੀ ਅਸੀਂ ਵਧੀਆ ਸੋਚ ਕੇ ਜਿਹੜਾ ਇਹਨੂੰ ਭੇਜਣਾ ਹੋਣਾ। ਆਪ ਚੰਡੀਗੜ੍ਹ ਔਰ ਬਜ਼ੁਰਗੋਂ ਕੇ ਲਈ ਬਜ਼ੁਰਗੋਂ ਕੇ ਲਈ ਇੱਕ ਅਸੀਂ ਜਿਹੜਾ ਆਸ਼ਰਮ ਬਣਾਵਾਂਗੇ ਵਧੀਆ ਤੌਰ 'ਤੇ, ਉਹਦੇ ਵਿੱਚ ਅਸੀਂ ਆਪਣੇ ਵੱਲੋਂ ਸਾਡੀ ਪਾਰਟੀ ਦੇ ਵੱਲੋਂ ਅਸੀਂ ਉੱਥੇ ਡਾਕਟਰ ਵਧੀਆ ਉਹਨਾਂ ਦੇ ਵਾਸਤੇ ਸੁਵਿਧਾ, ਵਧੀਆ ਉਹਨਾਂ ਦੇ ਵਾਸਤੇ ਖਾਣਾ ਦਾਣਾ, ਇਹ ਸਾਡੀ ਪਾਰਟੀ ਦਾ ਪਹਿਲਾ ਆਧਾਰ ਤੇ ਕਰਾਂਗੇ। ਚੰਡੀਗੜ੍ਹ ਸਾਨੂੰ ਬਹੁਤ
ਪਿਆਰ ਸਤਿਕਾਰ ਮਿਲ ਰਿਹਾ। ਜਿੱਥੇ ਮੈਂ ਜਾ ਰਿਹਾ ਸਾਰੇ ਲੋਕ ਸਾਨੂੰ ਪਿਆਰ ਮਾਣ ਦਿੰਦੇ ਨੇ, ਇੱਜ਼ਤ ਦਿੰਦੇ ਨੇ ਅਤੇ ਉਹ ਸਾਡੀ ਪੂਰੀ ਕਟਾਰ ਬਣ ਕੇ ਸਾਡੇ ਜਿਹੜੇ ਜਿੱਥੇ ਵੀ ਅਸੀਂ ਜਾਂਦੇ ਹਾਂ ਉਹ ਸਾਡਾ ਮੈਸੇਜ ਅੱਗੇ ਤੋਂ ਅੱਗੇ ਲਾ ਰਹੇ ਨੇ ਵੀ ਐਸੀ ਰਾਸ਼ਟਰੀ ਲੋਕ ਸਵਰਾਜ ਪਾਰਟੀ ਨੂੰ ਅਸੀਂ ਅੱਗੇ ਲਿਆਉਣਾ ਚਾਹੀਦਾ। ਜੋ ਅੱਜ ਕੈਂਡੀਡੇਟ ਇਕੱਲੇ ਇਕੱਲੇ ਘਰ ਜਾ ਕੇ ਇਕੱਲੇ ਇਕੱਲੇ ਸਮੱਸਿਆ ਸੁਣ ਰਿਹਾ, ਇਕੱਲੇ ਇਕੱਲੇ ਕਲੋਨੀ 'ਚ ਜਾ ਕੇ, ਇਕੱਲੇ ਇਕੱਲੇ ਸ਼ਹਿਰ 'ਚ, ਇਕੱਲੇ ਇਕੱਲੇ ਮੁਹੱਲੇ 'ਚ ਜਾ ਕੇ ਸਾਰਿਆਂ ਦੇ ਦੁੱਖ ਸੁਣ ਰਿਹਾ, ਅਸੀਂ ਉਹਦਾ ਨਾਲ ਦੀ ਨਾਲ ਨੋਟ ਵੀ ਕਰਕੇ ਲੈ ਕੇ ਆਉਂਦੇ ਹਾਂ ਵੀ ਇੱਥੇ ਕੀ ਚੀਜ਼ ਦੀ ਜ਼ਰੂਰਤ ਹੈ, ਸਾਨੂੰ ਕੀ ਇੱਥੇ ਉਪਰਾਲਾ ਕਰਨਾ ਚਾਹੀਦਾ। ਤੋ ਆਪਾਂ ਚੁਣਾਵ ਮੈਂ ਬਜਟ ਬਜਟ ਇਹ ਹੈ ਜੀ, ਮੈਂ ਜ਼ਿਆਦਾ ਕਰਕੇ ਮੈਂ ਆਪਣੇ ਤੌਰ 'ਤੇ ਮੇਰੀ ਆਪਣੀ ਸੋਚ ਹੈ, ਮੈਂ ਆਪਣੇ ਪਹਿਲੂ ਲੈ ਕੇ ਚੱਲਦਾ ਵੀ ਮੈਂ ਚਾਹੁੰਦਾ ਵੀ ਮੈਂ ਇਕੱਲੇ ਇਕੱਲੇ ਜਾ ਕੇ ਇੱਕ ਇੱਕ ਮੈਂਬਰ ਨੂੰ ਦੋ ਦੋ ਮਿਲ ਕੇ ਮੈਂ ਪ੍ਰਚਾਰ ਕਰਾਂ, ਮੇਰੇ ਮਨ ਨੂੰ ਬੜੀ ਸ਼ਾਂਤੀ ਮਿਲਦੀ। ਮੈਂ ਇੱਕ ਸਮਝਦਾ ਮੈਂ ਬੜਾ ਭਾਗਾਂ ਵਾਲਾ ਜੋ ਮੈਨੂੰ ਮੌਕਾ ਚੰਡੀਗੜ੍ਹ ਤੋਂ ਮਿਲਿਆ, ਇੱਕ ਮੈਂ ਮੁਸਲਮਾਨ ਨਾਤੇ ਹੋਣ 'ਤੇ ਵੀ ਪਹਿਲੀ ਗੇਰ ਮੁਸਲਮਾਨ ਨੂੰ ਪਹਿਲੀ ਤਾਂ ਟਿਕਟ ਮੁਸਲਮਾਨ ਨੂੰ ਦਿੱਤੀ ਹੋਈ ਜਾਂਦੀ ਨਾ ਪੰਜਾਬ 'ਚ ਨਾ ਚੰਡੀਗੜ੍ਹ 'ਚ, ਪਹਿਲੀ ਗੇਰ ਸਾਨੂੰ ਰਾਸ਼ਟਰੀ ਲੋਕ ਸਵਰਾਜ ਪਾਰਟੀ ਨੇ ਇੱਥੇ ਮੈਦਾਨ ਦੇ ਵਿੱਚ ਉਤਾਰਿਆ। ਅਸੀਂ ਵਧੀਆ ਤੌਰ 'ਤੇ ਆਪਣੇ ਭਾਈਚਾਰੇ ਨੂੰ, ਅਸੀਂ ਆਪਣੇ ਮੁਸਲਮਾਨ ਭਾਈਚਾਰੇ ਨੂੰ, ਜਿੰਨੇ ਵੀ ਸਾਡੇ ਸਿੱਖ ਭਾਈਚਾਰਾ ਹੋ ਗਿਆ, ਜਿੰਨੇ ਕ੍ਰਿਸਚਨ, ਜਿੰਨੇ ਵੀ ਹਿੰਦੂ ਭਾਈਚਾਰਾ, ਜਿਹੜੇ ਵੀ ਧਰਮ ਨਾਲ ਮਰਜ਼ੀ ਸੰਬੰਧ ਰੱਖਦਾ, ਅਸੀਂ ਇਕੱਲੇ ਇਕੱਲੇ ਨੂੰ ਜਾ ਕੇ ਅਪਰੋਚ ਕਰਦੇ ਹਾਂ ਉਹਨੂੰ ਮਿਲਣ ਦੀ। ਅਸੀਂ ਉਹਨਾਂ ਦੇ ਨੇੜੇ ਜਾ ਕੇ ਦੇਖਿਆ, ਉਹ ਸਾਨੂੰ ਹਰੇਕ ਬੰਦਾ ਸਾਨੂੰ ਮਾਣ ਦਿੰਦਾ ਵੀ ਕੋਈ ਗੱਲ ਨਹੀਂ ਜੀ, ਅਸੀਂ ਤੁਹਾਡਾ ਪ੍ਰਚਾਰ ਵੀ ਕਰਾਂਗੇ, ਅਸੀਂ ਵੋਟਾਂ ਪਾਵਾਂਗੇ ਵੀ ਯਾਰ ਪਵਾਵਾਂਗੇ। ਮੈਂ ਇਹ ਚਾਹੁੰਦਾ ਵੀ ਚੰਡੀਗੜ੍ਹ ਦੇ ਜਿਹੜੇ ਲੋਕ ਹੈ ਉਹ ਬੜੇ ਪੜ੍ਹੇ ਲਿਖੇ, ਬੜੇ ਸੋਚ ਸਮਝ ਵਾਲੇ ਲੋਕ ਹੈ, ਵੀ ਮੈਂ ਸੋਚਦਾ ਵੀ ਅਸੀਂ ਇੱਕ ਇੱਦਾਂ ਦਾ ਇੱਥੇ ਬਣਾਈਏ ਜੋ ਇਸ ਲੋਕਾਂ ਨੂੰ ਵਧੀਆ ਤੌਰ 'ਤੇ, ਜਿਹੜੇ ਲੋਕ ਪਿਛੜੇ ਹੋਏ ਨੇ ਉਹਨਾਂ ਨੂੰ ਵਧੀਆ ਤੌਰ 'ਤੇ ਅਸੀਂ ਅੱਗੇ ਲਿਖਦੇ। ਤਾਜ਼ਾ ਅਪਡੇਟਸ ਕੇ ਲਈ ਅਰਥ ਪ੍ਰਕਾਸ਼ ਟੀਵੀ ਕੋ ਸਬਸਕ੍ਰਾਈਬ ਕਰੇ ਔਰ ਬੈਲ ਆਈਕਨ ਕੋ ਪ੍ਰੈਸ ਕਰੇ।